ਕੇਂਦਰੀ ਵਣਜ ਤੇ ਸਨਤ ਮੰਤਰੀ ਪਿਊਸ਼ ਕੋਇਲ ਨੇ ਐਲਾਨ ਕੀਤਾ ਹੈ ਕਿ ਭਾਰਤੀ ਵਿਦੇਸ਼ੀ ਵਪਾਰ ਸੰਸਥਾਨ ਯਾਨੀ ਆਈਆਫਟੀ ਦਾ ਨਵਾਂ ਕੈਂਪਸ ਛੇਤੀ ਹੀ ਦੁਬਈ ਵਿੱਚ ਖੋਲ੍ਹਿਆ ਜਾਵੇਗਾ। ਨਵੀਂ ਦਿੱਲੀ ਵਿੱਚ ਸੰਸਥਾਨ ਸਤਵੰਜਵੀਂ ਡਿਗਰੀਵਾਂ ਸਮਾਗਮ ਦੌਰਾਨ ਵਰਚੁਅਲ ਟਾਂਗਨਾਲੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਗੋਇਲ ਨੇ ਭਾਰਤ ਦੇ ਸੁਨਹਿਰੀ ਭੂਕਲੇ ਨੌਜਵਾਨ ਗ੍ਰੈਜੂਏਟਾਂ ਦੀ ਅਹਿਮ ਭੂਮਿਕਾ ਤੇ ਜ਼ੋਰ ਦਿੱਤਾ। ਉਹਨਾਂ ਪ੍ਰਧਾਨ ਮੰਤਰੀ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਦਾ ਭੂਕ ਇੱਕ ਨੌਜਵਾਨਾਂ ਦੇ ਹੱਥਾਂ ਵਿੱਚ ਹੈ। ਦੇਸ਼ ਦੀ ਨੌਜਵਾਨ ਪੀੜੀ ਕੁਝ ਵੀ ਕਰਨ ਦੀ ਆਪਣੀ ਕਾਬਲੀਅਤ ਵਿੱਚ ਵਿਸ਼ਵਾਸ ਰੱਖਦੀ ਹੈ।